एक खासियत ये मैनू वधिया लगी आ जो पिछली वारी आए थे ग्रुप इदा ही बैठा सी, इस बार आए हैं ग्रुप इदा ही बैठा वा। पिछे जी रौला पिया सी कि हाँ भी मिठा पुरी आ ग्रुप जिहड़ा टुट चुका। हाँ देखो तुहाडे सामने बैठे हुए ने सारे भरा पूरे शुगल ला रहे आ। पिंदा हुण देख लो शुरू तो इन्ने ही काम किया इन्ने ही बूटा लाया भाजी, फिर हौली हौली भाजी नाल अपना बुद्धू फिर मनजीत भाजी आ गया पहलवान। सब तो जिहड़ी तोप इस टाइम भाजी साडी गामा भाजी मिस करदे आ जे उहनां नूं बहुत ज्यादा भाजी। हाल चाल पुछो भाजी हुणी आए थे मेरा बोर जी, तुहानू पिछे जे वीडियो देखियां होणियां बकरा बनाया सीगा जिदा महक आ गई भाजी हुणां नूं उत्थों ए निजामत नगर तो जिदा बकरा खाण आए। बाद अगला सीन जे कहोगे तो वीडियो भी लवा दें बिच नहीं हूं भाजी ये कटा लिया जी ਕੁਇੰਟਲ ਭਾਜੀ 56 ਕਿਲੋ ਭਾਰ ਸੀ ਤੇ ਇਹਨੇ ਇੱਕ ਕੁਇੰਟਲ 38 ਕਿਲੋ। ਮੁਰੇ ਪਤਾ ਕੀ ਚੱਕਰ ਸੀ ਭਾਜੀ, ਮੁਰੇ ਇੱਕ ਵਿਆਹ ਆਇਆ ਉਹ ਕੁੜਤਾ ਪਜਾਮਾ ਥੋੜਾ ਜਿਹਾ ਲੂਜ ਜਿਹਾ ਲੱਗਦਾ ਸੀ, ਫਿਰ 3-4 ਕਿਲੋ ਨੇ ਹੋਰ ਚੱਕਿਆ ਆਪ ਵਧਾਉਣਾ ਪਿਆ ਹੋਰ ਨਾ ਕੁਝ ਮੈਂ ਲੱਗਿਆ ਨਹੀਂ। ਸਿੱਧੀ ਗੱਲ ਹੈ ਯਾਰ ਤੂੰ ਸੋਚ ਲੈ ਭਾਜੀ, ਮੈਂ ਛੋਟਾ ਹੋ ਜਾਂਦਾ ਕੱਪੜੇ ਵੱਡੇ ਫਿਰ ਛੋਟਾ ਹੋ ਜਾਂਦਾ ਛੋਟਾ ਹੀ ਰਹਿੰਦਾ ਉਹ ਛੱਡ ਇਹਦੇ ਭਾਈ ਨੂੰ ਪੁੱਛੋ ਆਇਆ ਕਿਹੜੀ ਸਾਈਡ ਤੋਂ ਆ ਸਾਰਾ ਕੁਝ ਦਿਖਾਉਣ ਡਿਆ ਦੇਖ ਇਹ ਭਾਜੀ ਪਾਣੀ ਇਹ ਪਾਣੀ ਥੱਲੇ ਹੱਥ ਤੋਂ ਉੱਤੇ ਵੀ ਥੱਲਿਓ ਚਾਂਦੀ ਦੀ ਨਿਕਲ। ਡਿਪਰੈਸ਼ਨ ਦੇ ਵਿੱਚ ਗਏ ਜਿਹੜੇ ਨੇ ਬੰਦੇ ਉਹ ਸੁਣਦੇ ਨੇ ਤੁਹਾਨੂੰ, ਪਰ ਪਿੰਡ ਵਾਲੇ ਜਿੱਦਾਂ ਡਿਪਰੈਸ਼ਨ 'ਚ ਜਾਂਦੇ ਆ ਭਾਂਦਾ ਵੀ ਇਹੀ ਆ, ਜਦੋਂ ਸਵੇਰ ਨੂੰ ਇੱਧਰ ਨੂੰ ਅਲੀਪੁਰਾ ਨੂੰ ਰਨਿੰਗ ਕਰਦਾ ਆ ਟੋਏ ਪਾਉਂਦਾ ਜਾਂਦਾ ਸੜਕ ਦੇ ਵਿੱਚ ਥੱਲੇ ਥੱਲੇ ਧਰਤੀ ਮਾਂ ਵੀ ਕਰਦੀ ਹਾਏ ਮੰਮੀ ਏ ਹਾਏ ਮੰਮੀ। ਹੁਣ ਮੈਂ ਉਦੋਂ ਗੱਡੀ ਲਈ ਆ ਗੋਲਾ ਮੇਰੇ ਨਾਲ 10 ਕੁ ਦਿਨ ਨਹੀਂ ਰਿਹਾ, ਬਹੁਤ ਮੈਨੂੰ ਮੁੰਡਿਆਂ ਦੇ ਮੈਸੇਜ ਆਏ ਭਾਜੀ ਗੋਲਾ ਕਾਹਦੇ ਨਹੀਂ ਰਹਿੰਦਾ ਸਾਹਮਣੇ ਨੀ ਆਉਂਦੇ ਸੀ ਕੈਮਰੇ ਦੇ ਬਾਕੀ ਸਾਰੇ ਨੂੰ ਪਤਾ ਹੀ ਆ ਜੀ ਗਾਮੇ ਭਾਜੀ ਦਾ। ਬਾਕੀ ਭਾਜੀ ਏਦਾਂ ਆ ਜੀ ਜਿੱਦਾਂ ਹੁਣ ਬੰਦਾ ਦੇਖ ਲੋ ਬੈਠਾ ਉਹ ਪਿੰਟ ਦੇਖੋ ਤਾਂ ਪਾਟ ਗਈ ਆ ਨਾ ਉਦੋਂ ਬੁੱਧੂ ਮਿਠਾਪੁਰੀਆ ਇੱਕ ਮਨਜੀਤ ਭਾਜੀ ਦਾ ਫੇਕ ਬਣਾਇਆ ਕਿਸੇ ਨੇ ਉਹ ਪਾਈ ਜਾਂਦਾ ਜਿੱਦਾਂ ਵੀਡੀਓ ਉਹਦੇ ਤੇ ਆਉਣ ਲੱਗਿਆ ਹੈ ਕਿ ਕਾਫੀ ਨਾ ਚਰਚਾ ਦੇ ਵਿੱਚ ਨੇ ਕਈ ਵਾਰ ਤੁਹਾਡਾ ਲੱਭਣਾ ਪੈ ਜਾਏ ਚੈਨਲ ਤੇ ਉਹਦੇ ਵਿੱਚ ਤੁਹਾਡਾ ਘੱਟ ਕਈ ਵਾਰ ਲੱਭਦਾ ਦੂਜੇ ਜ਼ਿਆਦਾ ਉਹ ਫੇਕ ਲਾ ਕੇ ਲੋਕਾਂ ਨੇ 1.5-2 ਲੱਖ ਵਿਊ ਹੋਏ ਆ ਕਈ ਵੀਡੀਓ ਤੇ ਦੇਖੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹ ਤਾਂ ਫੇਰ ਕੰਮ ਖਰਾਬ ਕਰਦੇ ਆ ਸਾਡਾ ਨਹੀਂ ਲੱਭਦਾ ਜੀ ਇਹਦੀ ਫੇਰ ਇੱਕ ਹੋਰ ਮੁੰਡਾ ਪੇਜ ਦੀਆਂ ਪਾਉਣਾ ਹੁੰਦਾ ਸੀ ਮੈਂ ਭਾਜੀ ਉਹਨਾਂ ਤੋਂ ਸਟਰਾਈਕਾਂ ਮੰਗਰਾਈਆਂ ਜਿੱਦਾਂ 2 ਚੰਗੇ ਫੋਲੋਵਰ ਕਰ ਗਿਆ ਸੀ ਉਹ ਇਕੱਠੇ ਮੇਰੇ ਸਬਸਕ੍ਰਾਈਬਰ ਵੀ ਚੰਗੇ ਉਹਦਾ ਬਾਅਦ ਟਾਈਮ ਤਾਂ ਹੋ ਗਿਆ ਹੋਣਾ ਪੂਰਾ ਅਤੇ 2 ਵੀਡੀਓ 'ਤੇ ਵੱਜੀਆਂ ਸਟਰਾਈਕਾਂ ਅਤੇ ਉਹਨੇ ਨਾਮ ਵੀ ਚੇਂਜ ਕਰ ਲਿਆ ਅਤੇ ਵੀਡੀਓ ਵੀ ਸਾਰੀਆਂ ਡਿਲੀਟ ਕਰ ਦਿੱਤੀਆਂ ਕੀਤੀ ਸੀ ਆਪਾਂ ਹਾਸਿਆਂ ਦੀ ਪਟਾਰੀ ਨਾਲ ਅੱਜ ਪਟਾਰੀ ਜਿਹੜੀ ਆ ਬਲਾਸਟ ਕਰ ਚੁੱਕੀ ਆ ਬਲਾਸਟ ਵੀ ਇੱਦਾਂ ਦਾ ਕਿ ਸਾਰਿਆਂ ਦੇ ਮੂੰਹ ਦੇ ਉੱਪਰ ਨਾਂ ਚੜਿਆ ਹੋਇਆ ਮਿੱਠਾ ਪੁਰੀਆਂ ਦਾ ਠੀਕ ਹੈ ਜੀ ਹੁਣ ਤੁਹਾਨੂੰ ਸਾਰਿਆਂ ਨਾਲ ਮਿਲਾਵਾਂਗੇ ਸਨੈਪਚੈਟ ਦੇ ਰਾਜਿਆਂ ਨਾਲ ਸਵਾਗਤ ਹੈ ਜੀ ਗੋਲਾ ਜੀ ਕਿਵੇਂ ਹੋ ਤੁਸੀਂ ਜੀ ਬਹੁਤ ਵਧੀਆ ਭਾਜੀ ਪਹਿਲੂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ ਆਉਣ ਦਾ ਸਾਡੀ ਟੀਮ ਵੱਲੋਂ ਠੀਕ ਹੈ।
चलो बाद विच तुहाडे नाल गल करदे आ, थोड़े बंदे मिस भी होए ने, मिस वालियां दे नाल भी गल करांगे। होर बुद्धू भाई की हाल ने? बस वधिया वधिया भाई, की कितना हाल भाजी? इहदा तां पुछण दी लोड़ नहीं, तैनूं जीदा ही आ सामने खा गए आ, किसे पासे ओह कमी तां है ही नहीं किसे गल दी, वधदा ही आ। ਕਿਵੇਂ ਕੰਮ ਕਰਦਾ? ਕਿੱਦਾਂ ਵਾ ਕੰਮ ਕਰ ਭਾਈ? ਚੱਲੀ ਜਾਂਦਾ, ਸਾਡੇ ਸਾਹਮਣੇ ਹੀ ਆ, ਭਰਾਵਾਂ 'ਚ ਬੈਠੇ ਆ। ਚਲੋ ਵਧੀਆ ਜੀ ਵਧੀਆ। ਇੱਕ ਖਾਸੀਅਤ ਇਹ ਮੈਨੂੰ ਵਧੀਆ ਲੱਗੀ ਆ, ਜਦੋਂ ਪਿਛਲੀ ਵਾਰੀ ਆਏ ਸੀ ਗਰੁੱਪ ਇੱਦਾਂ ਹੀ ਬੈਠਾ ਸੀ, ਇਸ ਵਾਰ ਆਏ ਹਾਂ ਗਰੁੱਪ ਇੱਦਾਂ ਹੀ ਬੈਠਾ ਵਾ। ਬਹੁਤ ਕਿ ਦਿੱਕਤਾਂ ਦਾ ਸਾਹਮਣਾ ਵੀ ਕਈ ਵਾਰ ਕਰਨਾ ਪੈਂਦਾ, ਕਈਆਂ ਦੀਆਂ ਗੱਲਾਂ ਵੀ ਬੜੇ ਪਿੱਛੇ ਜੀ ਰੌਲਾ ਪਿਆ ਸੀ ਕਿ ਹਾਂ ਵੀ ਮਿੱਠਾਪੁਰੀ ਆ ਗਰੁੱਪ ਜਿਹੜਾ ਟੁੱਟ ਚੁੱਕਾ। ਆਹ ਦੇਖੋ ਤੁਹਾਡੇ ਸਾਹਮਣੇ ਬੈਠੇ ਹੋਏ ਨੇ ਸਾਰੇ ਭਰਾ, ਪੂਰੇ ਸ਼ੁਗਲ ਲਾ ਰਹੇ ਆ। ਠੀਕ ਆ, ਹੁਣ ਤੁਸੀਂ ਦੱਸੋ ਕਿ ਕਿਹੜੇ ਹਿਸਾਬ ਨਾਲ ਚੱਲਦਾ ਰਿਹਾ ਸਿਸਟਮ, ਤੇ ਕਿਵੇਂ ਕਿਵੇਂ ਕਿਹੜੀਆਂ ਦਿੱਕਤਾਂ ਦੇ ਸਾਹਮਣੇ ਕਰਨੇ ਪਏ ਆ ਤੁਹਾਨੂੰ ਇਹਨਾਂ ਦਿਨਾਂ 'ਚ? ਦਿੱਕਤਾਂ ਤਾਂ ਭਾਜੀ ਆ ਪਿੰਦਾ, ਹੁਣ ਦੇਖ ਲਓ ਸ਼ੁਰੂ ਤਾਂ ਇੰਨੇ ਕੰਮ ਕੀਤਾ, ਇੰਨੇ ਬੂਟਾ ਲਾਇਆ ਭਾਜੀ, ਫਿਰ ਹੌਲੀ ਹੌਲੀ ਭਾਜੀ ਨਾਲ ਆਪਣਾ ਬੁੱਧੂ, ਫਿਰ ਮਨਜੀਤ ਭਾਜੀ ਆ ਗਿਆ, ਭਲਵਾਨ ਸਭ ਤੋਂ ਜਿਹੜੀ ਤੋਪ ਇਸ ਟਾਈਮ ਭਾਜੀ ਸਾਡੀ, ਗਾਮਾ ਭਾਜੀ ਮਿਸ ਕਰਦੇ ਆ ਜਾਂ ਉਹਨਾਂ ਨੂੰ ਬਹੁਤ ਜ਼ਿਆਦਾ ਭਾਜੀ। ਹੋਰ ਪਿੰਦੇ ਭਾਜੀ ਤੁਸੀਂ ਦੱਸੋ ਤੁਹਾਡੀ ਲਾਈਫ ਦਾ ਕਿਵੇਂ, ਮੈਰਿਜ ਤੋਂ ਬਾਅਦ ਕਿਵੇਂ ਜਿਦਾ ਪਾਣੀ ਠਰਿਆ ਹੁੰਦਾ, ਭਾਂਡੇ ਭੂੰਡੇ ਧੋਣੇ, ਹੱਥ ਬਹੁਤ ਪੋਚਾ ਪੂਚਾ ਕਰਨਾ ਪੈਂਦਾ, ਨਹੀਂ ਸਭ ਵਧੀਆ ਭਾਜੀ। ਚਲੋ ਹੁਣ ਮਜ਼ਾਕ ਤਾਂ ਚੱਲਦਾ ਰਹਿਣਾ, ਉਹ ਤਾਂ ਵਧੀਆ ਚੱਲਦੀ ਪਈ ਜੀ। ਚਲੋ ਵਧੀਆ ਜੀ ਵਧੀਆ। ਇਹ ਹੈ ਕਿ ਇੱਕ ਨਾ ਲਾਈਫ ਪਾਰਟਨਰ ਦੇ ਆਉਣ ਤੋਂ ਬਾਅਦ ਕਈ ਚੇਂਜਸ ਆਉਂਦੇ ਨੇ ਬੰਦੇ ਦੇ ਲਾਈਫ ਦੇ ਵਿੱਚ, ਕਈ ਚੇਂਜਸ ਆ ਜਾਂਦੇ ਨੇ ਕਿਉਂਕਿ ਤੁਹਾਨੂੰ ਇੱਕ ਸਮਝਣ ਵਾਲਾ ਪਾਰਟਨਰ ਮਿਲ ਜਾਂਦਾ ਵਾ। ਬਿਲਕੁਲ ਬਿਲਕੁਲ ਭਾਜੀ, ਸਵੇਰੇ ਛੇਤੀ ਉੱਠਣਾ, ਪੋਚੇ ਲਾਣੇ, ਰੋਟੀ ਵੀ ਬਣਾ ਕੇ ਦਿਖਾਲੂਗਾ, ਇਹ ਤਾਂ ਮੱਕੀ ਦੀ ਨਹੀਂ ਹਜੇ ਵਧੀਆ ਬਣਾਉਂਦਾ। ਅੱਛਾ ਜੀ, ਲੈ ਹੋਰ ਭਾਂਡੇ ਭਾਂਡੇ ਤਾਂ ਤੈਨੂੰ ਪਤਾ ਧੋਏ ਲੈਂਦਾ ਆ। ਆਹ ਚੀਜ਼ਾਂ ਦੇਖੋ ਲਾਈਫ ਪਾਰਟਨਰ ਦੇ ਆਉਣਾ, ਆਹ ਚੀਜ਼ਾਂ ਬੰਦਾ ਬਦਲ ਜਾਂਦਾ ਹੈ ਨਾ, ਲਾਈਫ ਚੇਂਜ ਹੋ ਜਾਂਦੀ ਆ, ਉਹਨਾਂ ਨੂੰ ਪੁੱਛ ਲਓ ਉਹਨੂੰ। ਹਾਂਜੀ, ਹੁਣ ਤੁਸੀਂ ਦੱਸੋ ਤੁਹਾਡੇ ਕੀ ਚੇਂਜਸ ਆਏ ਨੇ? ਸਭ ਵਧੀਆ ਚੱਲਦੇ ਪਏ ਜੀ। ਹੁਣ ਭਾਜੀ ਹੁਣਾਂ ਦੀ ਵਾਰੀ ਹੈ, ਇੱਧਰ ਮਰ ਜਾ ਦਿਓ ਗਿਆਨ, ਇੱਧਰ ਭਾਜੀ ਹੁਣਾਂ ਦਾ ਹਾਲ ਚਾਲ ਪੁੱਛੋ। ਭਾਜੀ ਹੁਣੇ ਆਏ ਸੀ ਮੇਰਾ ਬੋਰ ਜੀ, ਤੁਹਾਨੂੰ ਪਿੱਛੇ ਜੇ ਵੀਡੀਓ ਦੇਖੀਆਂ ਹੋਣੀਆਂ, ਬੱਕਰਾ ਬਣਾਇਆ ਸੀਗਾ ਜਿੱਦਾਂ, ਮਹਿਕ ਆ ਗਈ ਭਾਜੀ ਹੁਣਾਂ ਨੂੰ ਉੱਥੋਂ, ਇਹ ਨਿਜ਼ਾਮਤ ਨਗਰ ਤੋਂ ਜਿੱਦਾਂ ਬੱਕਰਾ ਖਾਣ ਆਏ, ਉਹ ਪਤਾ ਨੀ ਹੁਣ ਕੀ ਹੋਇਆ। ਮਜ਼ਾਕ ਚ ਫੋਨ ਕੀਤਾ ਸੀ ਵੀ ਭਾਜੀ ਆ ਜਾਓ, ਬੱਕਰਾ ਵਾਧੂ ਆ, ਇਹ ਭਰਾ ਸੱਚੀ ਆ ਅਸੀਂ ਤਾਂ ਦੇਖਿਆ, ਅਜੇ ਫੋਨ ਕੱਟਿਆ ਭਾਜੀ ਹੁਣੀ ਬਾਹਰ ਗੇਟ ਦੇ ਬਾਹਰ ਪ੍ਰਗਟ ਹੋ ਗਏ। ਟਰੱਕ ਵੱਜਾ ਜਿੱਦਾਂ, ਸਿਰਫ ਜਾਨ ਬਚ ਗਈ ਭਾਜੀ, ਕਹਿੰਦਾ ਸੀ ਮੈਂ ਅੱਗੇ ਤੋਂ ਜਿੱਦਾਂ ਪਾਣੀ ਵੀ ਨੀ ਪੀਣਾ ਸਾਡਾ ਜਿੱਦਾਂ ਮਿੱਠਾਪੁਰੀਆਂ ਦਾ, ਅੱਜ ਸਮੋਸੇ ਖਾਧੇ, ਅੱਜ ਮੋਟਰਸਾਈਕਲ ਤੇ ਆਇਆ ਭਾਜੀ, ਮੈਂ ਕਿਹਾ ਪਾਪੜੀ ਖਾ ਲੋ ਰਗੜਾਂ ਲੱਗੂਗੀਆਂ, ਜਿਆਦਾ ਨੀ ਨੁਕਸਾਨ ਹੁੰਦਾ। ਅੱਜ ਮੇਰਾ ਵੀਰ ਜਿਦਾ ਖਿਆਲ ਨਾ ਜਾਈ, ਉਦਣ ਸੀਗੇ ਜਿਦਾ ਚਾਰ ਟਾਇਰ, ਅੱਜ ਦੋ ਟਾਇਰ ਆ, ਮੈਂ ਵੀ ਕੋਈ ਨੁਕਸਾਨ ਨਾ ਕਰਾ ਲੈ। ਮੈਂ ਕਹਿੰਦਾ ਰਿਕਸ਼ਾ ਰਿਕਸ਼ੇ ਤੇ ਜਾਣਾ, ਨੁਕਸਾਨ ਹੋਏਗਾ ਰਿਕਸ਼ਾ ਲੈ ਜਾਊਗਾ, ਰਿਕਸ਼ਾ ਵੀ ਪਲਟ ਸਕਦਾ, ਤੁਰ ਕੇ ਨਿਕਲਦੀ ਐ ਵੀ, ਬੁਲਟ ਕੋਈ ਨੀ ਮਗਰ ਛੱਡਿਆ ਮੰਗ, ਕੱਲੂ ਛੱਡ ਆਉਂਗਾ ਭਾਜੀ, ਮੈਂ ਛੱਡ ਆਉਂਗਾ। ਠੀਕ ਹੈ, ਜਰਾ ਬੁੱਧੂ ਦਾ ਵੀ ਪੁੱਛ ਲਓ। ਚਲੋ ਆਪਣੀ ਆਵਾਜ਼ ਸੁਣਨੀ ਵੀ ਨਹੀਂ ਜੇ ਬੋਲੀ ਗਏ, ਇਹਦੀਆਂ ਬੁੱਧੂ ਭਾਈ ਤੁਹਾਡੇ ਕੋਲ ਆਉਂਦੇ ਆ। ਤੁਸੀਂ ਪਿਛਲੀ ਵਾਰ ਆਖਿਆ ਸੀ ਕਿ ਮੈਂ ਜਿਮ ਸ਼ੁਰੂ ਕੀਤਾ, ਪਰ ਮੈਨੂੰ ਵੇਟ ਲੂਜ਼ ਨਹੀਂ ਲੱਗ ਰਿਹਾ। ਨਹੀਂ ਨਹੀਂ ਭਾਈ, ਨਹੀਂ ਹੁਣ ਭਾਜੀ ਇਹ ਘਟਾ ਲਿਆ ਜੀ, ਇਹਦਾ ਸੀਗਾ ਇੱਕ ਕੁਇੰਟਲ ਭਾਜੀ 56 ਕਿਲੋ ਭਾਰ ਸੀ, ਤੇ ਇਹਨੇ ਇੱਕ ਕੁਇੰਟਲ 38 ਕਿਲੋ ਨਹੀਂ 42 ਸੀ ਅੱਜ, ਅੱਜ ਹੁਣ 3 ਕਿ ਕਿਲੋ 3-4 ਕਿਲੋ ਫੇਰ ਥੋੜਾ ਜਿਹਾ ਜਿੱਦਾਂ ਵਧ ਗਿਆ, 37 ਤੱਕ ਲੈ ਗਿਆ ਸੀ, ਵਧ ਗਿਆ 4 ਕਿਲੋ ਵਿੱਚ। ਇਦਾਂ ਸੀ ਜਿਹੜਾ ਮੂਰੇ, ਪਤਾ ਕੀ ਚੱਕਰ ਸੀ ਭਾਜੀ, ਮੂਰੇ ਇੱਕ ਵਿਆਹ ਆਇਆ, ਉਹ ਕੁੜਤਾ ਪਜਾਮਾ ਥੋੜਾ ਜਿਹਾ ਲੂਜ ਜਿਹਾ ਲੱਗਦਾ ਸੀ, ਫਿਰ 3-4 ਕਿਲੋ ਨੇ ਹੋਰ ਚੱਕਿਆ, ਆਪ ਵਧਾਉਣਾ ਪਿਆ, ਹੋਰ ਨਾ ਕੁਝ ਮੈਂ ਲੱਗਿਆ ਨਹੀਂ। ਸਿੱਧੀ ਗੱਲ ਹੈ ਯਾਰ, ਬੰਦਾ ਸੋਚਦਾ ਭਾਜੀ, ਦੇਖੋ ਬੰਦਾ ਸੋਚਦਾ ਏਡੇ ਏਡੇ ਕੱਪੜੇ ਲੈ ਜਾਵੇ, ਕੱਪੜੇ ਲੈਣੇ, ਮੈਂ ਛੋਟਾ ਹੋ ਜਾਂਦਾ, ਕੱਪੜੇ ਵੱਡੇ, ਫਿਰ ਛੋਟਾ ਹੋ ਜਾਂਦਾ, ਛੋਟਾ ਹੀ ਰਹਿੰਦਾ। ਚਲੋ ਜੀ, ਇਹ ਤੇ ਚਲੋ ਗੱਲਾਂ ਹਾਸਾ ਮਜ਼ਾਕ ਚੱਲ ਰਿਹਾ।
पानी थले हाथ तो थले चांदी की निकल रंग हूने ही कराया दो मिनट इंटरव्यू देनी थी ता करके दो मिनट ले जी गल च पाई चैन ते साइकिल दी चैन ते मारी आ स्प्रे हूं भलवानी गेड़े वाल आ जाने ਭਲਵਾਨੀ ਕਿਹੜਾ ਕਿੱਥੋਂ ਤੱਕ ਚੱਲ ਰਿਹਾ ਭਾਜੀ ਦੇਖੋ ਉਹ ਤਾਂ ਇਹਨੇ ਝੂਠ ਬੋਲਣਾ ਲੋਕਾਂ ਦੀ ਦਾ ਯਾ ਸੱਚੀ ਪਤਾ ਨਹੀਂ ਭਲਵਾਨੀ ਕਿਹੜੀ ਕਿੱਥੇ ਮਿਹਨਤ ਲੱਗਦੀ ਹੈ ਕਿ ਨਹੀਂ ਹੁਣ ਹਾਂਜੀ ਹਾਂਜੀ ਭਾਈ ਜਿਮ ਜਾਈਦਾ ਜੀ ਚਲੋ ਜਿਮ ਵੀ ਅਖਾੜੇ ਚ ਵੀ ਜਾਣਾ ਸ਼ੁਰੂ ਕਰਨਾ ਕਿ ਨਹੀਂ ਅਜੇ ਹਾਂਜੀ ਹਾਂਜੀ ਕਰਾਂਗੇ ਭਾਜੀ ਮਾਰਚ ਜਾਂ ਠੀਕ ਹੈ ਜੇ ਧੁੱਪਾਂ ਦੀ ਵੇਟ ਹੋ ਰਹੀ ਹੈ ਕਿ ਧੁੱਪਾਂ ਲੱਗਣ ਤੋਂ ਉਸ ਤੋਂ ਬਾਅਦ ਭਲਵਾਨੀ ਕਿਹੜਾ ਸ਼ੁਰੂ ਕੀਤਾ ਜਾਏ ਹਾਂਜੀ ਹਾਂਜੀ ਭਾਜੀ ਠੀਕ ਹੈ ਜੀ ਇਹ ਤੋਂ ਬਾਅਦ ਆ ਜਾਂਦੇ ਹੁਣ ਪਰਿਵਾਰ ਵੱਲੇ ਪਿੰਡ ਵੱਲ ਆ ਜਾਂਦੇ ਆ ਪਿੰਡੋਂ ਰਿਸਪੌਂਸ ਕਿਵੇਂ ਦਾ ਰਹਿ ਰਿਹਾ ਇਹ ਤਾਂ ਤੁਸੀਂ ਲੰਬੇ ਹੀ ਆਉਂਦੇ ਸੀ ਨਹੀਂ ਕਈ ਵਾਰ ਹੋ ਜਾਂਦਾ ਕਿਉਂਕਿ ਮੈਂ ਆਪਣਾ ਐਕਸਪੀਰੀਅੰਸ ਦੱਸਦਾ ਜਦੋਂ ਵੀ ਸ਼ੇਅਰ ਕਰੀਦਾ ਅਸੀਂ ਕੰਟੈਂਟ ਤੁਹਾਡਾ ਵੀ ਸ਼ੇਅਰ ਕਰੀਦਾ ਬਾਹਰੋਂ ਵੀ ਕਾਲ ਆਉਂਦੀਆਂ ਨੇ ਡਿਪਰੈਸ਼ਨ ਦੇ ਵਿੱਚ ਗਏ ਜਿਹੜੇ ਨੇ ਬੰਦੇ ਉਹ ਸੁਣਦੇ ਨੇ ਤੁਹਾਨੂੰ ਪਰ ਪਿੰਡ ਵਾਲੇ ਜਿੱਦਾਂ ਡਿਪਰੈਸ਼ਨ 'ਚ ਜਾਂਦੇ ਆ ਇਹ ਨਿਕਲਦੇ ਬਾਕੀ ਤੁਹਾਨੂੰ ਪਤਾ ਹੀ ਆ ਆਪਣੇ ਕਿੰਨਾ ਕੁ ਖੁਸ਼ ਹੁੰਦੇ ਆ ਚਲੋ ਉਹ ਤਾਂ ਹੈ ਮੇਨਲੀ ਇਹ ਹੈ ਕਿ ਮੇਰੇ ਫਰੈਂਡ ਸਰਕਲ ਦੇ ਵਿੱਚ ਵੀ ਆਏ ਸੀ ਗੋਲੇ ਨੂੰ ਮਿਲਵਾਇਆ ਉਹਨਾਂ ਬੋਲਿਆ ਕਿ ਹਾਂ ਵੀ ਗੋਲੇ ਭਾਜੀ ਨੂੰ ਮਿਲ ਕੇ ਜਾਂਦੇ ਹਾਂ ਪਵਾਰ ਭਾਜੀ ਨੂੰ ਫੋਨ ਕੀਤਾ ਸੀ ਇਹ ਥੋੜ੍ਹੇ ਬਿਜ਼ੀ ਸੀ ਇਹ ਮਿਲੇ ਇਹਨਾਂ ਦੇ ਨਾਲ ਵੀ ਉਹਨਾਂ ਇਹਨਾਂ ਸਟ੍ਰੀਕ ਵੀ ਸ਼ੇਅਰ ਕੀਤੀ ਮੈਲਬੋਰਨ ਤੋਂ ਨੇ ਉਹਨਾਂ ਬੋਲੇ ਮੈਲਬੋਰਨ ਸਾਨੂੰ ਦਿਖਾਓ ਫੋਨ ਤੇ ਦਿਖਾਓ ਸਾਨੂੰ ਨਹੀਂ ਤਾਂ ਗਏ ਹੀ ਨਹੀਂ ਭਾਈ ਉਹ ਐਮਾਜ਼ੋਨ ਦੇ ਜੰਗਲਾਂ ਚ ਭਾਜੀ ਅੱਗ ਵੀ ਲੱਗ ਗਈ ਸੀ ਤੇ ਉਦੋਂ ਦਾ ਹਾਥੀ ਛੁੱਟ ਕੇ ਆਇਆ ਕਿਸੇ ਦੀ ਗਾਰੇ ਗੂਰੇ ਚ ਗੱਡੀ ਫੱਜ ਹੋਏ ਇਹ ਕੱਢਦਾ ਜੀ ਤੁਸੀਂ ਗਾਰਾ ਹੁਣ ਕਿਉਂ ਦਿੰਦੇ ਪਿੰਡ ਦੇ ਵਿੱਚ ਨਹੀਂ ਹੁਣ ਤਾਂ ਭਾਜੀ ਪੱਕੀਆਂ ਹੋ ਗਈਆਂ ਸੜਕਾਂ ਇਹਦੇ ਕਰਕੇ ਜਦੋਂ ਇਹਨੂੰ ਨਵਾਲਦੇ ਆ ਭਾਜੀ ਸਰਕਾਰ ਨੂੰ ਕੀ ਕਹਿਣਾ ਕੀ ਆ ਭਾਜੀ ਹੁਣ ਮਨੁੱਖੀ ਏਡਾ ਉਹ ਵੀ ਕੀ ਕਰ ਲੈਣ ਸਰਕਾਰ ਦੇ ਅੱਗੇ ਫਿਰ ਸਰਕਾਰ ਨੂੰ ਕਿਹਾ ਕਿ ਇਹਦਾ ਕੁਛ ਕਰੋ ਉੱਪਰ ਦੀ ਸਰਕਾਰ ਸੁਣੇਗੀ ਫਿਰ ਇਹ ਤਾਂ ਨਹੀਂ ਚੁਕਾ ਦੇਣਾ ਉਹਨਾਂ ਨੇ ਸਹੀ ਗੱਲ ਹੈ ਇਹਦਾ ਹੱਲ ਕੋਈ ਨਹੀਂ ਠੀਕ ਹੈ ਜੀ ਪਿੱਛੇ ਜੀ ਰੌਲਾ ਬੜਾ ਪਿਆ ਸੀ ਕਿ ਮਿੱਠਾਪੁਰੀਆਂ ਦਾ ਗਰੁੱਪ ਜਿਹੜਾ ਟੁੱਟ ਚੁੱਕਾ ਉਹਦੇ ਕੀ ਰੀਜ਼ਨ ਰਹੇ ਆ ਕਿ ਆਪਸ ਦੇ ਪੈਸੇ ਪੈਸੇ ਕਰਕੇ ਭਾਜੀ ਨਹੀਂ ਸਾਡੇ ਚ ਇੱਦਾਂ ਦਾ ਕੋਈ ਚੱਕਰ ਨਹੀਂ ਆ ਭਾਜੀ ਵੰਡਦੇ ਆਪਾਂ ਪਤਾ ਕੀ ਚੱਕਰ ਜੀ ਜਿਦਾਂ ਸ਼ੁਰੂ ਤੋਂ ਹੀ ਇਕੱਠੇ ਆ ਕਦੀ ਏਦਾਂ ਕਈ ਵੇਲੇ ਨਹੀਂ ਵੀ ਮਿਲ ਹੁੰਦਾ ਹਫਤਾ ਹਫਤਾ ਜਿਦਾਂ ਭਾਜੀ ਹੁਣੀ ਆ ਭਾਜੀ ਹੁਣੀ ਆ ਜਿਦਾਂ ਜਿਦਾਂ ਭਾਜੀ ਹੁਣਾਂ ਦਾ ਪਿੰਡ ਆਪਣੇ ਤੋਂ ਹੋਣਾ ਇੱਥੋਂ 60 ਕਿਲੋਮੀਟਰ ਆ ਘੱਟ ਕਰ ਲਾ 45 ਥੋੜਾ ਘੱਟ ਕਰ ਲਓ ਤੇ ਉੱਥੋਂ ਜਿਦਾਂ ਭਾਜੀ ਨੇ ਜਿਦਾਂ ਕਈ ਮਹੀਨੇ ਬਾਅਦ ਆਉਣਾ ਹਫਤੇ ਦੋ ਹਫਤੇ ਬਾਅਦ ਇੱਦਾਂ ਮਿਲਦੇ ਹੁਣ ਅਸੀਂ ਵੀ ਕਈ ਵੇਲੇ ਬਿਜ਼ੀ ਹੁੰਦੇ ਹਫਤੇ ਬਾਅਦ ਉਦਾਂ ਦਾ ਜ਼ਿਆਦਾਤਰ ਰੋਜ਼ ਮਿਲ ਹੋ ਜਾਂਦਾ 2 ਮਹੀਨੇ ਹੋ ਗਏ ਭਿੰਦੇ ਦੇ ਵਿਆਹ ਦੇ ਕਰਕੇ ਹਾਂਜੀ ਇੱਧਰ ਉੱਧਰ ਹੋਏ ਸੀ ਉਦਾਂ ਦੀ ਹੋਰ ਕੋਈ ਵੀ ਗੱਲ ਨਹੀਂ ਬਾਕੀ ਤੁਹਾਨੂੰ ਪਤਾ ਜਨਤਾ ਨੂੰ ਤਾਂ ਮਾੜਾ ਜਿਹਾ ਮੁੱਦਾ ਚਾਹੀਦਾ ਗੱਲ ਕਰਨ ਦਾ ਹੈਗਾ ਨੀ ਕੋਈ ਏਦਾਂ ਦਾ ਨੀ ਵੀ ਹੁਣ ਮੈਂ ਉਦੋਂ ਗੱਡੀ ਲਈ ਆ ਗੋਲਾ ਮੇਰੇ ਨਾਲ 10 ਕੁ ਦਿਨ ਨਹੀਂ ਰਿਹਾ ਬਹੁਤ ਮੈਨੂੰ ਮੁੰਡਿਆਂ ਦੇ ਮੈਸੇਜ ਆਏ ਭਾਜੀ ਗੋਲਾ ਕਾਹਦੇ ਨੀ ਰਹਿੰਦਾ ਹਾਸੇ ਮਜ਼ਾਕ ਦੇ ਵਿੱਚ ਹਾਸਾ ਮਜ਼ਾਕ ਤੁਹਾਡੇ ਆਪਸ ਦੇ ਵਿੱਚ ਚੱਲਦਾ ਹੁਣ ਦੂਜੀ ਗੱਲ ਤੇ ਆ ਜਾਂਦੇ ਆ ਵਿਆਹ ਤੋਂ ਬਾਅਦ ਤੁਸੀਂ ਘੱਟ ਗਏ ਅੱਗੇ ਨਾਲੋਂ ਕੀ ਗੱਲ ਆ ਫੈਮਿਲੀ ਦਾ ਨਹੀਂ ਮੈਂ ਇੱਕ ਭਾਜੀ ਬਲੈਤੀ ਬਲੂਤੀ ਆਏ ਸੀਗੇ ਜੀ ਵਿਆਹ ਵੀ ਇੱਕ ਹੋਰ ਹੁਣ ਆ ਗਿਆ ਇੱਕ ਵਿਆਹ ਭੂਆ ਦੇ ਮੁੰਡੇ ਦਾ
ਬਾਕੀ ਵਿਆਹ ਵਿਊ ਜਿਦਾਂ ਹੁਣ ਸੀਜ਼ਨ ਚੱਲਦਾ ਭਾਜੀ ਏਦਾਂ ਬੀਜ਼ੀ ਹੁੰਦੇ ਆ ਬਾਕੀ ਏਦਾਂ ਹੁਣ ਜਿਦਾਂ ਕਾਰਡ ਸਾਨੂੰ ਆਉਂਦਾ ਨਾਲ ਇਹਨਾਂ ਨੂੰ ਵੀ ਲੈ ਜਾਂਦੇ ਪਿੱਛੇ ਜੀ ਕੰਟਰੋਵਰਸੀਆਂ ਦਾ ਵੀ ਸਾਹਮਣਾ ਕਰਨਾ ਪਿਆ ਤੁਹਾਨੂੰ ਕੀ ਗੱਲ ਹੋ ਗਈ ਸੀ ਕਿ ਹਾਂ ਵੀ ਏਦਾਂ ਦੀਆਂ ਕੋਈ ਕੰਟਰੋਵਰਸੀਆਂ ਦੇ ਵਿੱਚ ਆਉਣਾ ਪੈ ਗਿਆ ਕੰਟਰੋਵਰਸੀ ਭਾਜੀ ਕੁਛ ਨੀ ਉਹ ਤੁਹਾਨੂੰ ਪਤਾ ਨੀਟੂ ਦੇ ਭਾਜੀ ਪਾਇਆ ਸੀ ਸਰੋਪਾ ਜਾਣੀ ਕਿ ਚਲੋ ਹੈ ਤਾਂ ਭਾਜੀ ਸਰੋਪਾ ਨਹੀਂ ਸੀ ਕੋਈ ਹੋਰ ਚੀਜ਼ ਸੀ ਕਈਆਂ ਨੇ ਭਾਜੀ ਜਿਹੜੇ ਨਵੇਂ ਪੇਜ ਆ ਉਹਨਾਂ ਨੇ ਮੁੱਦਾ ਜ਼ਿਆਦਾ ਚੱਕਿਆ ਜੀ ਪਰ ਕਈ ਸਿੰਘ ਭਰਾ ਜਿਹੜੇ ਖਾਲਸਾ ਹਨ ਉਹਨਾਂ ਨੇ ਭਾਜੀ ਜਦੋਂ ਸਾਥ ਪੂਰਾ ਦਿੱਤਾ ਕੋਈ ਇੱਦਾਂ ਦੀ ਗੱਲ ਨਹੀਂ ਆ ਠੀਕ ਹੈ ਜੀ ਮਤਲਬ ਤੁਹਾਡੀ ਕੋਈ ਇੱਦਾਂ ਦੀ ਇੰਟੈਂਸ਼ਨ ਨਹੀਂ ਸੀ ਜਿਹਨੂੰ ਗਲਤ ਲੈ ਗਏ ਹਾਂਜੀ ਭਾਜੀ ਸਾਡਾ ਕੋਈ ਇੱਦਾਂ ਦੀ ਜਾਣੇ ਸਾਡੇ ਚਾਰੇ ਭਰਾਵਾਂ ਦੀ ਕੋਈ ਇੰਟੈਂਸ਼ਨ ਨਹੀਂ ਹੈ ਕਿ ਅਸੀਂ ਕਿਸੇ ਧਰਮ ਨੂੰ ਬੋਲੀਏ ਜਾਂ ਕਿਸੇ ਗਰੀਬ ਬੰਦੇ ਦਾ ਮਜ਼ਾਕ ਕਰੀਏ ਜਾਂ ਉੱਦਾਂ ਵੀ ਜੋ ਵੀ ਆ ਸਾਡੇ ਚਾਰਾਂ 'ਚ ਆ ਭਾਜੀ ਬਿਲਕੁਲ ਬਿਲਕੁਲ ਚਲੋ ਇੱਕ ਇਹ ਵੀ ਸੁਣਿਆ ਕਿ ਜਿਹੜੇ ਕੰਟਰੋਵਰਸੀ ਬਣਾ ਦਿੰਦੇ ਆ ਉਹ ਨਾ ਬਣਾਈ ਜਾਏ ਠੀਕ ਹੈ ਜੀ ਹਾਸਾ ਮਜ਼ਾਕ ਚੱਲਦਾ ਤੇ ਇਹਨੂੰ ਹਾਸੇ ਮਜ਼ਾਕ ਦੇ ਵਿੱਚ ਹੀ ਰੱਖਿਆ ਜਾਏ ਕਿਉਂਕਿ ਇਹਨਾਂ ਦਾ ਜਿੰਨਾ ਵੀ ਕੰਟੈਂਟ ਅੱਜ ਤੱਕ ਸਾਰਾ ਹਾਸੇ ਮਜ਼ਾਕ ਤੇ ਹੁੰਦਾ ਨਾ ਕਦੀ ਇਹਨਾਂ ਵੱਲੋਂ ਕਿਸੇ ਨੂੰ ਟਾਰਗੇਟ ਕੀਤਾ ਗਿਆ ਮੇਨ ਗੱਲ ਹੁੰਦੀ ਹੈ ਟਾਰਗੇਟ ਜਿਹਨਾਂ ਨੇ ਫੇਮ ਲੈਣਾ ਉਹ ਟਾਰਗੇਟ ਕਰਦੇ ਵੀ ਨੇ ਬਟ ਇਹਨਾਂ ਵੱਲੋਂ ਕਦੇ ਵੀ ਕਿਸੇ ਵੀਡੀਓ ਨੂੰ ਕੋਈ ਟਾਰਗੇਟ ਨਹੀਂ ਕੀਤਾ ਗਿਆ ਟਾਰਗੇਟ ਕਰਦੇ ਨੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਟਾਰਗੇਟ ਕਰਦੇ ਆ ਦੇਖਣ 'ਚ ਲੱਗਦਾ ਹੈ ਕਿ ਗਰੁੱਪ ਟੁੱਟ ਚੁੱਕਾ ਉਹ ਸਿਰਫ ਹਾਸੇ ਮਜ਼ਾਕ ਦੇ ਵਿੱਚ ਟਾਰਗੇਟ ਕੀਤਾ ਜਾਂਦਾ ਇੱਕ ਦੂਜੇ ਨੂੰ ਜਿਵੇਂ ਮੈਂ ਤੁਹਾਡੇ ਵਿਆਹ ਤੇ ਵੇਖਿਆ ਸੀ ਕਿ ਤੁਸੀਂ ਗਾਣਾ ਲਵਾ ਦਿੱਤਾ ਹੈ ਬੁੱਧੂ ਦੇ ਤਾਰਾ ਫੀਡ ਸਵਾਦ ਹੀ ਤਾਂ ਆਉਂਦਾ ਉਹ ਤੇ ਨੱਚਣ ਦਾ ਸਹੀ ਗੱਲ ਇਕੱਲਾ ਗਾਣਾ ਨਹੀਂ ਲਵਾਇਆ ਭਾਜੀ ਤਾਰਾ ਫੀਡ ਦਾ ਬੋਰਾ ਲਿਆ ਕੇ ਭੇਜ ਕੇ ਤੈਨੂੰ ਮਗਰ ਪਾਇਆ ਵੀ ਮੱਛੀ ਮੁੱਛੀ ਕੁਛ ਨਹੀਂ ਸੀ ਇਹਨੂੰ ਕਿਹਾ ਸੋਲ ਮੱਛੀ ਕਿਤੇ ਖਾਣੀ ਨੀ ਇਹਨੇ ਇਹਨੇ ਛੜ ਵੀ ਮਾਰੀ ਦੋ ਤਿੰਨ ਵੇਟਰ ਘਾਇਲ ਹੋਏ ਆ ਮਿਠਾਈ ਕਿਹੜੀ ਦੇ ਗਿਆ ਸੀ ਲੱਡੀ ਹਰੀ ਕੇ ਲੱਡੂ ਦੂਜੇ ਹੁਣ ਚੱਲੇ ਲਵਲੀ ਹੁਣ ਚੱਲੇ ਆ ਠੀਕ ਹੈ ਜੀ ਤੁਸੀਂ ਆਪਣਾ ਪਿੱਛੇ ਜੀ ਕੰਮ ਸ਼ੁਰੂ ਕੀਤਾ ਇਹ ਪੀ ਜਾਂਦਾ ਕੀ ਗੱਲ ਉੱਥੇ ਨਾ ਨਾ ਕੁਛ ਨਾ ਬੋਲੋ ਭਲਵਾਨ ਕੋ ਆ ਨੀ ਹੋਇਆ ਭਲਵਾਨ ਭਾਜੀ ਗਿਆ ਅੱਜ ਸਹੁਰਿਆਂ ਦੇ ਜੀ ਇੱਕ ਚਲੋ ਵੱਡੀ ਸ਼ਖਸੀਅਤ ਵੀ ਮਿਸ ਕਰ ਗਏ ਪਿਛਲੀ ਵਾਰ ਵੀ ਸਾਡੇ ਕੋਲ ਮਿਸ ਹੋ ਗਈ ਸੀ ਕਿਉਂਕਿ ਮਿਲੇ ਨਹੀਂ ਹੁਣ ਤੇ ਚਲੋ ਉਂਝ ਅਕਾਲ ਪੁਰਖ ਕੋ ਚਲੇ ਗਏ ਨੇ ਉਹ ਭਾਜੀ ਇਦਾਂ ਜਿਦਾਂ ਆਉਂਦੇ ਨਹੀਂ ਸੀ ਸਾਹਮਣੇ ਨਹੀਂ ਆਉਂਦੇ ਸੀ ਕੈਮਰੇ ਦੇ ਨਹੀਂ ਦੱਸ ਨੀ ਸਕਦੇ ਬਾਕੀ ਸਾਰੇ ਨੂੰ ਪਤਾ ਹੀ ਹੈ ਜੀ ਗਾਮੇ ਭਾਜੀ ਦਾ ਇੱਕ ਦਿਨ ਮੈਂ ਦੇਖਿਆ ਸੀ ਕਿ ਐਂਬੂਲੈਂਸ ਦੇ ਵਿੱਚ ਵੀ ਮਿਲਦਾ ਹੈ ਮੈਂ ਅਚਾਨਕ ਜਿੱਦਾਂ ਮੈਨੂੰ ਲੱਗਦਾ 10:30 ਦਾ ਟਾਈਮ ਬਾਹਰ ਨਿਕਲਿਆ ਗੱਡੀ ਬਹੁਤ ਤੇਜ਼ ਆਈ ਮੈਂ ਕਿਹਾ ਇਹ ਵਾਹਿਗੁਰੂ ਭਲੀ ਕਰੀ ਵੀ ਕਿਸੇ ਦੇ ਕੋਈ ਨੁਕਸਾਨ ਹੋ ਗਿਆ ਲੱਗਦਾ ਮੈਂ ਭਾਜੀ ਦਾ ਉਹ ਜਦੋਂ ਦਬਦਬ ਤਾਕੀਆਂ ਖੋਲ ਕੇ ਭੱਜੇ ਮੈਂ ਕਿਹਾ ਯਾਰ ਖਰਿਆ ਲਟੇਰੇ ਖਰੇ ਪੈਣ ਲੱਗੇ ਫੇਰ ਉਹ ਕਹਿੰਦੇ ਭਾਜੀ ਆਹ ਖੜਾ ਮਿਲ ਗਿਆ ਮਿਲ ਗਿਆ ਫੇਰ ਮੈਂ ਗੋਲੇ ਨੂੰ ਵੀ ਸੱਦਿਆ ਬੁੱਧੂ ਵੀ ਆ ਗਿਆ ਉਹਨਾਂ ਦੀ ਐਂਟਰੀ ਇਸ ਹਿਸਾਬ ਨਾਲ ਸੀਗੀ ਠੀਕ ਹੈ ਜੀ ਹੁਣ ਜਿਵੇਂ ਚਾਹ ਬਣ ਮਿਲਦੇ ਨੇ ਤੁਸੀਂ ਜਾਂਦੇ ਰਹਿੰਦੇ ਹੋ ਮਾਰਕੀਟ ਸੰਡੇ ਦੀ ਮਾਰਕੀਟ ਤੁਸੀਂ ਜਾਂਦੇ ਰਹਿੰਦੇ ਹੋ ਇੱਥੇ PPR ਮਾਲ ਜਾਂਦੇ ਹੋ ਜਦੋਂ ਮਿਲਦੇ ਨੇ ਕਿੱਦਾਂ ਦਾ ਮਹਿਸੂਸ ਕਿੱਦਾਂ ਦਾ ਹੁੰਦਾ ਵਧੀਆ ਹੁੰਦਾ ਭਾਜੀ ਕਾਫੀ ਪਿਆਰ ਮਿਲਦਾ ਜਿੱਦਾਂ ਆਪਣੇ ਆਪ ਨੂੰ ਬਹੁਤ ਵਧੀਆ ਲੱਗਦਾ ਜੀ ਇੰਨੀ ਜਾਣ ਪਛਾਣ ਵਧੀ ਪਰ ਇੰਨੇ ਯੋਗੇ ਤਾਂ ਹੈ ਨਹੀਂ ਸੀ ਚਲੋ ਵਾਹਿਗੁਰੂ ਨੇ ਕੀਤੇ ਆ ਜੀ ਬਿਲਕੁਲ ਹਾਂਜੀ ਠੀਕ ਹੈ ਤੇ ਤੁਹਾਡਾ ਭਾਜੀ ਕੀ ਇਹ ਤਾਂ ਦੂਰੋਂ ਪਛਾਣ ਲੈਂਦੇ ਲੋਕੀ ਭਾਜੀ ਭਾਵ ਕੀ ਹੁੰਦਾ ਦੇਖ ਕੇ ਇਹ ਤਾਂ ਦੂਰੋਂ ਪਛਾਣ ਲੈਂਦੇ ਲੋਕੀ ਜੀ ਇਹਨੂੰ ਤਾਂ ਜਿਵੇਂ ਹਾਸੇ ਮਜ਼ਾਕ ਦੇ ਨਾਲ ਸਿਹਤ ਵੀ ਜ਼ਰੂਰੀ ਆ ਸਿਹਤ ਦੇ ਲਈ ਸਾਡੇ ਡਾਇਟ ਪਲੈਨਰ ਬੈਠੇ ਨੇ ਹਾਂਜੀ ਭਾਈ ਕੀ ਡਾਇਟ ਤੁਸੀਂ ਪ੍ਰੋਵਾਈਡ ਕਰਦੇ ਹੋ ਜਿਮ ਵਾਲਿਆਂ ਨੂੰ
ਭਾਈ ਡਾਈਟ ਪ੍ਰੋਵਾਈਡ ਨਹੀਂ ਮੈਂ ਇੱਕ ਪਲਾਨ ਬਣਾ ਕੇ ਦਿੰਦਾ ਵਾ ਠੀਕ ਹੈ ਮੇਰੀ ਆਨਲਾਈਨ ਟ੍ਰੇਨਿੰਗ ਹੈ ਪਲਾਨ ਦੇ ਵਿੱਚ ਸਾਰਾ ਹੁੰਦਾ ਕਿ ਤੁਹਾਡੀ ਬੋਡੀ ਦੇ ਅਕੋਰਡਿੰਗ ਹੁੰਦਾ ਸਾਰਾ ਠੀਕ ਹੈ ਕਿ ਤੁਹਾਨੂੰ ਕੋਈ ਪ੍ਰੋਬਲਮ ਹੈਲਥ ਇਸ਼ੂ ਹੈਗਾ ਕਿ ਕੋਈ ਕੁੜੀਆਂ ਨੂੰ ਹੈਲਥ ਇਸ਼ੂ ਆਏ ਅੱਜ ਕੱਲ੍ਹ ਚੱਲਦੇ ਪਏ ਪੀਸੀਓਡੀ ਥਾਇਰਾਇਡ ਅਤੇ ਉਹ ਹਿਸਾਬ ਨਾਲ ਜਿਹੜੇ ਕਿਸੇ ਨੂੰ ਹੈਲਥ ਇਸ਼ੂ ਆ ਮੁੰਡਿਆਂ ਨੇ ਵੇਟ ਗੇਨ ਕਰਨਾ ਜਾਂ ਕੋਈ ਪ੍ਰੋਬਲਮ ਹੈ ਉਹ ਸਾਰਾ ਡਾਇਟ ਪਲਾਨ ਮੇਰੇ ਕਸਟਮਾਈਜ਼ ਹੁੰਦੇ ਆ ਸਾਰੇ ਆਲ ਓਵਰ ਵਰਲਡ ਜਿੱਥੇ ਵੀ ਕੋਈ ਬੈਠਾ ਗੁੱਟ ਤੱਕ ਲੈ ਜੇ ਆਹ ਕੰਮ ਪਈ ਆਪਣਾ ਠੀਕ ਹੈ ਤੁਸੀਂ ਆਪਣੇ ਯੂਟਿਊਬ 'ਤੇ ਕਰਦੇ ਹੋ ਜਾਂ ਯੈਲੋ ਸਟਾਰ ਲੱਗਾ ਉਦਾਂ ਭਾਜੀ ਹੁਣਾਂ ਦੇ ਠੀਕ ਹੈ ਚਲੋ ਵਧੀਆ ਇੱਕ ਪਿੱਛੇ ਜੀ ਇੰਟਰਵਿਊ ਵੀ ਦੇਖੀ ਸੀ ਤੁਹਾਡੀ ਮੈਂ ਉਹਦੇ ਵਿੱਚ ਵੀ ਤੁਸੀਂ ਆਪਣੀ ਜੋ ਵੀ ਹਕੀਕਤ ਹੱਟ ਦਿੱਤੀ ਹਾਂਜੀ ਹੁਣ ਤੁਸੀਂ ਡਾਇਟ ਪਲਾਨ ਦੇ ਵਿੱਚ ਕੀ ਯੂਜ਼ ਕਰ ਰਹੇ ਹੋ ਤੁਸੀਂ ਪਹਿਲਾਂ ਦੱਸੋ ਵੀਰਵਾਰ ਦੀ ਜੋ ਮਿਲ ਜਵੇ ਨਹੀਂ ਜੋ ਮਿਲ ਜਵੇ ਕਿ ਨਾ ਨਹੀਂ ਭਾਜੀ ਪਤਾ ਕੀ ਚੱਕਰ 60 ਫੁਲਕੇ ਬਾਲਟੀ ਦਾਲ ਦੀ ਥੋੜੀ ਦਾਲ ਬਾਲਟੀ ਨਾਲ ਲੱਸੀ ਦੀ ਨਾਲੇ ਵੀ ਹੁੰਦੇ ਆ ਸਾਰੇ ਮੈਂ ਕੱਲਾ ਨਹੀਂ ਹੁੰਦਾ ਬਾਕੀ ਜੋ ਬਚ ਜਵੇ ਫਿਰ ਗੋਲੇ ਹੋਣ ਠੀਕ ਹੈ ਉਹ 45 ਕਿਲੋ ਗੁੜ ਖਾਇਦਾ ਠੀਕ ਹੈ ਮਿੱਠੇ ਤੋਂ ਤਾਂ ਹੁਣ ਬਹੁਤ ਪਰਹੇਜ਼ ਆ ਅੱਛਾ ਮਿੱਠੇ ਤੋਂ ਪਰਹੇਜ਼ ਕਰਦਾ ਅੱਜ ਕਿਲੋ ਕੇ ਖਾ ਹੁੰਦਾ ਭਾਜੀ ਕਿਲੋ ਕੇ ਜਲੇਬੀਆਂ ਖਾ ਜਾਂਦਾ ਘਟਾਇਆ ਹੋਇਆ ਡਾਈਟ ਤੇ ਆ ਹਾਂਜੀ ਅੱਛਾ ਬੁੱਧੂ ਭਾਜੀ ਆਪਾਂ ਜਦੋਂ ਜਿਮ ਸ਼ੁਰੂ ਕੀਤਾ ਸੀ ਭਿੰਦੇ ਬਾਈ ਦੇ ਵਿਆਹ ਤੇ ਹਾਂਜੀ ਉਹ ਸਿਰਫ ਪਤਲੇ ਹੋਣ ਲਈ ਕੀਤਾ ਸੀ ਜਾਂ ਵੈਸੇ ਵੀ ਕੋਈ ਉਹਦੇ ਕਾਰਨ ਹੈ ਨਹੀਂ ਭਾਜੀ ਮੈਨੂੰ ਆਪ ਨੂੰ ਥੋੜਾ ਜਿਹਾ ਹੁਣ ਲੱਗਣ ਲੱਗ ਗਿਆ ਵੀ ਜਿਆਦਾ ਮੋਟਾ ਹੋ ਗਿਆ ਮੈਂ ਯਾਰ ਮੈਨੂੰ ਤਾਂ ਕਿਸੇ ਬੰਦੇ ਮੋਟਾ ਲੱਗਦਾ ਨਹੀਂ ਨਹੀਂ ਭਾਜੀ ਬਾਕੀ ਜਿੱਦਾਂ ਭਾਜੀ ਸੀਟ ਦਾ ਇੱਕ ਪਾਸਾ ਪੈ ਗਿਆ ਗੋਲਡ ਸੀਟ ਦਾ ਤੇ ਉਹਦੇ ਕਰਕੇ ਬਾਕੀ ਭਾਜੀ ਇਦਾਂ ਆ ਜੀ ਜਿੱਦਾਂ ਹੁਣ ਬੰਦਾ ਦੇਖ ਲਓ ਬੈਠਾ ਉਹ ਪੈਂਟ ਦੇਖੋ ਤਾਂ ਪਾਟ ਗਈ ਹੈ ਨਾ ਉਦੋਂ ਪਾਟ ਗਈ ਹੈ ਚਲੋ ਇਸ ਤੋਂ ਬਾਅਦ ਆ ਜਾਂਦੇ ਆ ਮਨਜੀਤ ਭਾਜੀ ਤੁਹਾਡੇ ਤੇ ਠੀਕ ਹੈ ਜੀ ਪਰਿਵਾਰ ਜਿਵੇਂ ਤੁਸੀਂ ਪਿੰਡ ਜਾਂਦੇ ਹੋ ਉੱਥੇ ਵੀ ਤੁਹਾਨੂੰ ਕਿੱਦਾਂ ਹੀ ਪਿਆਰ ਮਿਲਦਾ ਜਿਵੇਂ ਜਲੰਧਰ ਸ਼ਹਿਰ ਦੇ ਵਿੱਚ ਮਿਲਦਾ ਨਹੀਂ ਉੱਥੇ ਭਾਜੀ ਘੱਟ ਮਿਲਦਾ ਜਿੱਦਾਂ ਤੁਹਾਨੂੰ ਪਤਾ ਜੇ ਪਿੰਡੋਂ ਕੋਈ ਵੀ ਉੱਠੇ ਥੋੜਾ ਜਿਹਾ ਇਦਾਂ ਕਰਦਾ ਹੀ ਥੋੜਾ ਜਿਹਾ ਕਰਦੇ ਹੁੰਦੇ ਨੇ ਜਰਦੇ ਨਹੀਂ ਭਾਜੀ ਕਈ ਹਾਂਜੀ ਧਰਮ ਨੂੰ ਅੱਗੇ ਵੀ ਦੱਸੇ ਨਾ ਕਿਸੇ ਧਰਮ ਨੂੰ ਨਾ ਕਿਸੇ ਜਿੱਦਾਂ ਗਰੀਬ ਬੰਦੇ ਨੂੰ ਜੋ ਵੀ ਇੱਕ ਦੂਜੇ ਨੂੰ ਜੋ ਮਰਜ਼ੀ ਕਹਿ ਲਈਏ ਜੇ ਕਈ ਓਦਾਂ ਵੀ ਭਾਜੀ ਕਹਿ ਦਿੰਦੇ ਆ ਤੁਸੀਂ ਗਰੀਬ ਬੰਦੇ ਦਾ ਮਜ਼ਾਕ ਉਡਾਉਂਦੇ ਆ ਜੇ ਅਸੀਂ ਕਿਸੇ ਨਾਲ ਵੀਡੀਓ ਬਣਾਈ ਦੀ ਭਾਜੀ ਉਹਨਾਂ ਨੂੰ ਪਤਾ ਹੁੰਦਾ ਪਹਿਲੂ ਹੀ ਜਾਣੀ ਕਿ ਸਾਰਾ ਕੁਝ ਇਦਾਂ ਨਹੀਂ ਕਿ ਜਾਣੀ ਕਿ ਅਨਨੋਨ ਪਰਸਨ ਨਾਲ ਅਸੀਂ ਮਜ਼ਾਕ ਕਰਨ ਲੱਗ ਪਈਏ ਭਾਜੀ ਠੀਕ ਹੈ ਇੱਕ ਤੁਹਾਡੀ ਨਾ ਮਾਡਲ ਟਾਊਨ ਦੇ ਵਿੱਚ ਜਦੋਂ ਤੁਸੀਂ ਝਟਕਾ ਲਾਉਂਦੇ ਹੋ ਜਿਹਨੂੰ ਆਉਂਦੇ ਹੋ ਕਿ ਤੇਰੀ ਬਲੀ ਦੇਣੀ ਆ ਉਹ ਯਾਰ ਬੜੀ ਯਾਰ ਮਿਲਿਆ ਉਹ ਭਾਜੀ ਉਹ ਮਨਜੀਤ ਭਾਜੀ ਰਿਪੋਰਟਰਾਂ ਨੇ ਭਾਜੀ ਚਿੱਟਾ ਲਾਉਂਦਾ ਵੀ ਫੜਿਆ ਸੀ ਉਹ ਮੁੰਡਾ ਉਹ ਉੱਥੇ ਪੈਸੇ ਮੰਗਦਾ ਹੁੰਦਾ ਜਦੋਂ ਨਸ਼ੇ ਨੂੰ ਨਸ਼ੇ ਕਰਦਾ ਪੈਸੇ ਉਹ ਤਾਂ ਉਦਾਂ ਭਾਜੀ ਹੁਣੇ ਖੱਪ ਕਰਦੇ ਸੀ ਉਹਨਾਂ ਰਿਪੋਰਟ ਵੀ ਉਹਦੀ ਜਿੱਦਾਂ ਰਿਪੋਰਟਰਾਂ ਨੇ ਫੜ ਲਿਆ ਚਿੱਟਾ ਲਾਉਂਦਾ ਉਹ ਨਸ਼ਾ ਖਾ ਕੇ ਜਿੱਦਾਂ ਪੈਸੇ ਮੰਗਦਾ ਰਹਿੰਦਾ ਉੱਥੇ ਉਹ ਮਨਜੀਤ ਭਾਜੀ ਨੇ ਵੀਡੀਓ ਬਣਾਈ ਸੀ ਬਹੁਤ ਜ਼ਿਆਦਾ ਚੱਲੀ ਭਾਜੀ ਉਹ ਵੀਡੀਓ ਹਾਂਜੀ ਵੀਡੀਓ ਚੱਲਣ ਦਾ ਕਰਕੇ ਉਹ ਹੁਣ ਆਪਣਾ ਨਾਂ ਦੇ ਵੱਲੋਂ ਨਹੀਂ ਦੱਸਦਾ ਉਹ ਆਂਦਾ ਭਾਜੀ ਮੈਂ ਬਲੀ ਵਾਲਾ ਭਾਜੀ ਮੈਂ ਬਲੀ ਵਾਲਾ ਕਿਉਂਕਿ ਮੈਂ ਇੱਕ ਦਿਨ ਗਿਆ ਸੀ ਉੱਥੇ ਤੇ ਉੱਥੇ ਮਿਲਿਆ ਉਹਨੇ ਐ ਟਿੱਕਾ ਲਾਇਆ ਸੀ ਜੁੰਡੀ ਕੀਤੀ ਹੁੰਦੀ ਆ ਤੇ ਮੈਂ ਓਏ ਕਿੱਧਰ ਭਾਜੀ ਮੈਂ ਬਲੀ ਵਾਲਾ ਭਾਜੀ ਮੈਂ ਬਲੀ ਵਾਲਾ ਮੈਂ ਕਿ ਤੇਰਾ ਨਾਂ ਆਪਣਾ ਹੈ ਨਹੀਂ ਆ ਨਹੀਂ ਭਾਜੀ ਮੈਂ ਬਲੀ ਵਾਲਾ ਜਿਹਦੀ ਬਲੀ ਦੇਣ ਲੱਗੇ ਉਹ ਮੇਰੇ ਖਿਆਲ ਨਾਲ ਇੱਧਰ ਲਾ ਘਾ ਮੰਡੀ ਦਾ ਆਖਰੇ ਮੇਰੇ ਖਿਆਲ ਨਾਲ ਮੁੰਡਿਆਂ ਦੇ ਕਿੰਨੀਆਂ ਦੇ ਆਏ ਦੇ ਕਮੈਂਟ ਨਹੀਂ ਨਹੀਂ ਭਾਜੀ ਨਸ਼ਾ ਹੀ ਕਰਦਾ ਨਸ਼ਾ ਕਰਦਾ ਬਾਕੀ ਸੈੱਟ ਵਾ ਸਾਰਾ ਕੁਝ ਪਤਾ ਉਹਨੂੰ ਠੀਕ ਹੈ ਜੀ ਠੀਕ ਹੈ ਇੱਕ ਤੁਹਾਨੂੰ ਹੋਰ ਜਾਣਕਾਰੀ ਦਿੰਨੇ ਆ ਜਿਵੇਂ ਸਨੈਪਚੈਟ ਦੇ ਪਹਿਲਾਂ ਰਾਜੇ ਸੀ ਸਾਰੇ ਹੁਣ ਵਲੌਗ ਵੀ ਭਾਜੀ ਹੁਣਾਂ ਸ਼ੁਰੂ ਕੀਤੇ ਨੇ ਤਿੰਨ ਚੈਨਲ ਨੇ ਇਹਨਾਂ ਦੇ ਤਿੰਨਾਂ ਚੈਨਲਾਂ ਤੇ ਅਲੱਗ ਅਲੱਗ ਵਲੌਗ ਵੀ ਸ਼ੁਰੂ ਕੀਤੇ ਇਹ ਨਹੀਂ ਕਿ ਅਲੱਗ ਅਲੱਗ ਕਰ ਰਹੇ ਨੇ ਮਤਲਬ ਵਲੌਗ ਇਕੱਠੇ ਬਣਾ ਰਹੇ ਨੇ ਬਟ ਅਪਲੋਡ ਅਲੱਗ ਅਲੱਗ ਕਰ ਰਹੇ ਨੇ ਉਹਦੇ ਬਾਰੇ ਵੀ ਮੈਂ ਜਾਣਕਾਰੀ ਚਾਹੁੰਦਾ ਕਿ ਭਾਜੀ ਕਿਹੜੇ ਕਿਹੜੇ ਨਾਂ ਤੋਂ ਆ ਤੁਹਾਡੇ ਯੂਟਿਊਬ ਚੈਨਲ ਇੱਕ ਤਾਂ ਪਵਾਰ ਸਿੰਘ ਤੋਂ ਆ ਭਾਜੀ ਹਾਂਜੀ ਜਿਹੜਾ ਪਹਿਲਾਂ ਚੱਲ ਰਿਹਾ ਸੀ ਹਾਂਜੀ ਨਹੀਂ ਪਹਿਲਾਂ ਇੱਕ ਸਾਡਾ ਸੀਗਾ ਜਿੱਦਾਂ ਮਿਠਾਪੁਰੀਏ ਵਾਲਾ ਮਿਠਾਪੁਰੀਏ ਹਾਂਜੀ ਉਹ ਮੜਜਾ ਨਾਮ ਚੇਂਜ ਕੀਤਾ ਉਹਦਾ ਠੀਕ ਹੈ ਜੀ ਫੇਰ ਇੱਕ ਗੋਲਾ ਮਿਠਾਪੁਰੀਏ ਦਾ ਇੱਕ ਪਵਾਰ ਸਿੰਘ ਦਾ ਤੇ ਇੱਕ ਬੁੱਧੂ ਮਿਠਾਪੁਰੀਆ ਇੱਕ ਮਨਜੀਤ ਭਾਜੀ ਦਾ ਫੇਕ ਬਣਾਇਆ ਆ ਕਿਸੇ ਨੇ ਉਹ ਪਾਈ ਜਾਂਦਾ ਜਿੱਦਾਂ ਵੀਡੀਓ ਠੀਕ ਹੈ ਮੈਂ ਉਹਦੇ ਤੇ ਆਉਣ ਲੱਗਿਆ ਹਾਂ ਕਿ ਕਾਫੀ ਨਾ ਚਰਚਾ ਦੇ ਵਿੱਚ ਨੇ ਕਈ ਵਾਰ ਤੁਹਾਡਾ ਲੱਭਣਾ ਪੈ ਜੇ ਚੈਨਲ ਤੇ ਉਹਦੇ ਵਿੱਚ ਤੁਹਾਡਾ ਘੱਟ ਕਈ ਵਾਰ ਲੱਭਦਾ ਦੂਜੇ ਜ਼ਿਆਦਾ ਉਹ ਫੇਕ ਲਾ ਕੇ ਲੋਕਾਂ ਨੇ ਡੇਢ ਡੇਢ 2-2 ਲੱਖ ਵਿਊ ਹੋਏ ਆ ਕਈ ਵੀਡੀਓ ਤੇ ਦੇਖੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹ ਤਾਂ ਫੇਰ ਕੰਮ ਖਰਾਬ ਕਰਦੇ ਆ ਸਾਡਾ ਨਹੀਂ ਲੱਭਦਾ ਜੀ ਇਦਾਂ ਫੇਰ ਠੀਕ ਹੈ ਕਿਉਂਕਿ ਮੇਨ ਇਹ ਹੋ ਜਾਂਦਾ ਨਾ ਜਦੋਂ ਤੁਹਾਡਾ ਕੰਟੈਂਟ ਪਾ ਰਹੇ ਆ
ਪਿੱਛੇ ਜੀ ਗੋਲੇ ਨੇ ਵੀ ਸ਼ਾਇਦ ਸਟੋਰੀਆਂ ਪਾਈਆਂ ਸੀ ਕਿ ਜੇ ਕਿਸੇ ਨੇ ਕੰਟੈਂਟ ਯੂਜ਼ ਵੀ ਕਰਨਾ ਵਾ ਪੁੱਛ ਕੇ ਕਰ ਲਓ। ਹਾਂਜੀ ਭਾਜੀ, ਇਹ ਕਿ ਚੋਰੀ ਨਾ ਕਰੋ, ਕੱਲ ਨੂੰ ਐਕਸ਼ਨ ਲੈਣਗੇ ਤੇ ਉਹਦੇ ਚ ਤੁਹਾਡਾ ਵੀ ਕੋਈ ਫਾਇਦਾ। ਇੱਕ ਹੋਰ ਮੁੰਡਾ ਪੇਜ ਦੀਆਂ ਪਾਉਣਾ ਹੁੰਦਾ ਸੀ ਮੈਂ ਭਾਜੀ, ਉਹਨਾਂ ਦਾ ਸਟਰਾਈਕਾਂ ਮਗਰਾਈਆਂ, ਜਿੱਦਾਂ ਦੋ ਖਰੇ ਚੰਗੇ ਫੋਲੋਵਰ ਕਰ ਗਿਆ ਸੀ ਉਹ ਇਕੱਠੇ, ਸਬਸਕ੍ਰਾਈਬਰ ਵੀ ਚੰਗੇ, ਉਹਦਾ ਬਾਅਦ ਟਾਈਮ ਤਾਂ ਹੋ ਗਿਆ ਹੋਣਾ ਪੂਰਾ, ਤੇ ਦੋ ਕੁ ਵੀਡੀਓ ਤੇ ਵੱਜੀਆਂ ਸਟਰਾਈਕਾਂ, ਫਿਰ ਉਹਨੇ ਨਾਮ ਵੀ ਚੇਂਜ ਕਰ ਲਿਆ ਤੇ ਵੀਡੀਓ ਵੀ ਸਾਰੀਆਂ ਡਿਲੀਟ ਕਰਤੀਆਂ। ਚਲੋ ਇਹ ਹੈ ਕਿ ਕੰਟੈਂਟ ਜ਼ਰੂਰ ਵਰਤੋ, ਪਰ ਇਹ ਹੈ ਕਿ ਇੱਕ ਵਾਰ ਪਰਮਿਸ਼ਨ ਲੈ ਕੇ ਵਰਤ ਲਾਂ। ਉਹ ਤਾਂ ਸੇਮ ਭਾਜੀ, ਮੈਂ ਜਿੱਦਾਂ ਬਲੌਗ ਪਾਉਣਾ ਜੀ, ਜਿੱਦਾਂ 25-30 ਮਿੰਟ ਦਾ ਬਲੌਗ ਚੱਕ ਕੇ ਚੱਲ ਵੀ ਉਹੀ ਅਪਲੋਡ ਕੀਤਾ ਹੋਣਾ, ਸੇਮ ਡਿਟੋ ਹੀ ਅਪਲੋਡ ਕਰ ਦੇਣਾ। ਸੇਮ ਕਿਆ ਬਾਤ ਹੈ, ਇਹੋ ਜਿਹੀਆਂ ਮਹਾਨ ਸ਼ਖਸੀਅਤਾਂ ਦੇ ਵੀ ਕਦੇ ਹੋ ਸਕਦਾ ਦਰਸ਼ਨ ਹੋਣਗੇ ਤਾਂ ਉਹਨਾਂ ਨੂੰ ਵੀ ਪੁੱਛਾਂਗੇ ਕਿ ਹਾਂ ਵੀ ਤੁਸੀਂ ਇਹ ਕਿੱਥੋਂ ਸਿੱਖਿਆ ਕੰਮ। ਪਿੰਡ ਆਪਾਂ ਏਦਾਂ ਜੀ ਸਾਰਿਆਂ ਨੂੰ ਬੁਲਾਈਦਾ, ਜਿੱਦਾਂ ਹੱਥ ਖੇਡ ਕੇ ਸਾਰਿਆਂ ਨਾਲ, ਕੋਈ ਵੱਡਾ ਕੋਈ ਛੋਟਾ, ਜਿੱਦਾਂ ਵਧੀਆ ਉਦਾਂ ਬੰਦੀ ਸਾਰਿਆਂ ਨਾਲ ਹੀ ਆ। ਬਾਕੀ ਕਈ ਜਿੱਦਾਂ ਹੁਣ ਪਿੱਠ ਪਿੱਛੇ ਕਰ ਦੇਣ ਪਤਾ ਨੀ ਹੁਣ ਉਹਦਾ ਤਾਂ, ਉਹਦਾ ਮੂੰਹ ਤੇ ਤਾਂ ਸਾਨੂੰ ਕੋਈ ਨੀ ਕਿ ਸਾਰੇ ਹੋ ਜਾਂਦੇ ਸਹੀ ਨੇ। ਹਾਂਜੀ ਚਲੋ ਵਧੀਆ। ਇੱਕ ਭਲਵਾਨ ਦੀ ਖੁਰਾਕ ਬਾਰੇ ਰਹਿ ਗਈ ਸੀ ਗੱਲ, ਪਿਛਲੀ ਵਾਰ ਵੀ ਭਲਵਾਨ ਦਾ ਜ਼ਿਕਰ ਘੱਟ ਹੋਇਆ, ਇਸ ਵਾਰ ਭਲਵਾਨ ਦੀ ਖੁਰਾਕ ਬਾਰੇ ਪੁੱਛਦੇ ਆ, ਖੁਰਾਕ ਦਾ ਕੀ ਸਿਸਟਮ ਆ ਭਲਵਾਨ ਦਾ? ਖੁਰਾਕ ਤਾਂ ਏਦਾਂ ਵੀ ਖੁੱਲੀਆਂ ਖੁਰਾਕਾਂ ਆਉਂਦੀਆਂ, ਜੋ ਮਰਜ਼ੀ ਦੇ ਦੋ, ਹੜੰਬਾ ਚੱਲਦਾ ਜੀ ਹੜੰਬਾ। ਬਾਕੀ ਵੀਡੀਓ ਦੇਖੀ ਹੋਈ ਆ ਤੁਸੀਂ, ਹੁੰਦਾ ਕਿੱਥੇ ਆ, ਜਾਂਦਾ ਕਿੱਥੇ ਆ, ਜੋ ਮਰਜ਼ੀ ਖਿਲਾ ਦੋ ਉਹਨੂੰ। ਤਾਂ ਜਿੰਨੀ ਵਾਰ ਵੀ ਵੇਖਿਆ, ਭਾਵੇਂ ਉਹ ਚਿਕਨ ਆ ਭਾਵੇਂ ਉਹ ਫਾਸਟ ਫੂਡ ਆ, ਕੁਝ ਵੀ ਬੰਦਾ ਇਦਾਂ ਦਾ, ਜੇ ਮੰਨ ਲਓ ਉਹਨੂੰ ਪਹਿਲਾਂ ਰੋਟੀ ਐਨ ਰਜਾ ਕੇ ਖਿਲਾ ਦਿਓ। ਹਾਂਜੀ, ਜੇ ਤੁਸੀਂ ਆ ਗਏ ਨਾ, ਜੇ ਮੇਰਾ ਭਰਾ ਆ ਤਾਂ ਦੋ ਮੇਰੇ ਨਾਂ ਦੀਆਂ ਖਾ ਲਾ, ਤੁਹਾਨੂੰ ਵੀ ਨੀ ਨਾਰਾਜ਼ ਕਰੂ। ਗੋਲਾ ਆ ਗਿਆ, ਦੋ ਮੇਰੇ ਨਾਂ ਦੀਆਂ ਇਹ ਵੀ ਖਾ ਲਾ, ਜਾਣੀ ਕਿ 10 ਬੰਦੇ ਭੇਜਦੇ ਹੀ ਉਹ, ਜਾਣੀ ਕਿ ਕਿਸੇ ਨਾਰਾਜ਼ ਨਹੀਂ ਕਰੂਗਾ। ਠੀਕ ਹੈ, ਆਪ ਭਵਾਂ ਮੁੜ ਕੇ ਤੰਗ ਹੋਵੇ, ਨਾਰਾਜ਼ ਨਹੀਂ ਕਿਸੇ ਨੂੰ। ਵੈਸੇ ਕੀ ਕੰਮ ਕਰ, ਕੀ ਕਰਦਾ ਭਲਵਾਨ? ਭਲਵਾਨ ਦਾ ਖੇਤੀਬਾੜੀ, ਖੇਤੀਬਾੜੀ ਦਾ ਜੀ। ਠੀਕ ਹੈ, ਬਾਕੀ ਡੀਲਰ ਵੀ ਆ ਉਦਾਂ, ਜਿੱਦਾਂ ਭਲਵਾਨ ਮੋਟਰਸਾਈਕਲ ਵੇਚਦਾ, ਕਾਰ ਵੇਚਦੀ, ਸਹੀ ਵੇਚਦਾ, ਚੋਰੀ ਦਾ ਤਾਂ ਨਹੀਂ ਵੇਚ ਦਿੰਦਾ ਇਹਨੇ, ਪਤਾ ਬੀਏ ਕੀਤੀ ਆ ਉਦਾਂ ਉਹਨੇ। ਅੱਛਾ, ਗ੍ਰੈਜੂਏਟ ਆ ਬੰਦਾ, ਹੋਰ ਆਪਣੇ ਤੇ ਕਿਹੜਾ ਕਾਲਜ ਆ? ਡੀਏਵੀ ਫਲੋਰ, ਉੱਥੇ ਪੜਿਆ ਆ ਭਲਵਾਨ। ਪਿਛਲੀ ਵਾਰ ਵੀ ਪੁੱਛਦੇ ਸੀ ਆਂਦੇ ਬੁੱਧੂ ਨੇ ਕਿੰਨੀਆਂ ਕੀਤੀਆਂ, ਬੁੱਧੂ ਨੇ ਕਿਹਾ ਸੀ ਕਿ ਹਾਂ ਵੀ ਮੈਂ 8 ਹੀ ਕੀਤੀਆਂ। ਨਹੀਂ ਭਾਜੀ, ਇੱਕ ਘਟਾ ਕੇ ਤੁਸੀਂ 9 ਕੀਤੀਆਂ, 9 ਜੀ ਬਹਾਨਾ ਜਿਹਾ ਆ। ਠੀਕ ਹੈ ਜੀ। ਅੱਛਾ, ਤੁਹਾਡੇ ਬ੍ਰਦਰ ਵੀ ਆ ਸ਼ਾਇਦ ਨਾਲ, ਬ੍ਰਦਰ ਕੀ ਕਰਦੇ ਨੇ ਤੁਹਾਡੇ? ਭਾਜੀ ਉਹ ਬਿਜਲੀ ਦਾ ਕੰਮ ਕਰਦਾ ਆ। ਠੀਕ ਹੈ, ਕਿਉਂਕਿ ਕਈ ਵਾਰ ਨਾ ਪਿੱਛੇ ਜੀ ਕਮੈਂਟ ਵੀ ਆਇਆ ਸੀ ਕਿ ਹਾਂ ਵੀ ਤੁਸੀਂ ਬੁੱਧੂ ਬੁੱਧੂ ਕਰੀ ਜਾਂਦੇ, ਬੁੱਧੂ ਦੇ ਪਰਿਵਾਰ ਬਾਰੇ ਤਾਂ ਕਦੀ ਤੁਸੀਂ ਦੱਸਿਆ ਹੀ ਨਹੀਂ। ਨਹੀਂ, ਮੇਰੇ ਤੋਂ ਛੋਟਾ ਆ ਭਾਜੀ, ਉਹ ਬਿਜਲੀ ਦਾ ਕੰਮ ਕਰਦਾ ਆ, ਤੇ ਕਈ ਵਾਰੀ ਮੈਂ ਵੀ ਉਹਦੇ ਨਾਲ ਹੈਲਪ ਕਰਾਉਣ ਚਲ ਜਾਂਦਾ। ਮੈਂ ਦੇਖ ਲਓ, ਜੇ ਕਿਸੇ ਨੇ ਬਿਜਲੀ ਦਾ ਕੰਮ ਕਰਵਾਉਣਾ ਹੋਵੇ ਤਾਂ ਭੋਲੇ ਨੂੰ ਸਿੱਧਾ ਫੋਨ ਮਾਰ ਦਿੰਦੇ ਹੋ ਇਹਨਾਂ ਨੂੰ ਕੰਮ। ਚਲੋ ਠੀਕ ਹੈ ਜੀ, ਹੁਣ ਇਹ ਰਿਹਾ ਅੱਜ ਦਾ ਸਫ਼ਰ, ਕੋਸ਼ਿਸ਼ ਕਰਾਂਗੇ ਕਿ ਹਾਂ ਵੀ ਇੱਦਾਂ ਦੀਆਂ ਹਰ ਵੀਡੀਓ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਬਾਕੀ ਤੁਸੀਂ ਹੱਸਦੇ ਰਹਿਣਾ, ਜਿੰਨੇ ਵੀ ਅਕਾਊਂਟ ਨੇ ਭਾਜੀ ਹੁਣਾਂ ਦੇ ਸਾਰੇ ਅਸੀਂ ਮੈਨਸ਼ਨ ਕਰਾਂਗੇ, ਡਿਸਕ੍ਰਿਪਸ਼ਨ ਦੇ ਵਿੱਚ ਦਾਂਗੇ, ਤੁਸੀਂ ਹੱਸਦੇ ਰਹੋ ਅਤੇ ਹਸਾਉਂਦੇ ਰਹੋ, ਡਿਪਰੈਸ਼ਨ ਤੋਂ ਦੂਰ ਰਹੋ। ਧੰਨਵਾਦ ਜੀ।